ਹਾਂ ਤਾਂ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਟੈਸਟ ਨੰਬਰ 117 ਮਾਨਸਿਕ ਯੋਗਤਾ ਦਾ ਤੀਜਾ ਭਾਗ ਦੇ ਵਿੱਚੋਂ ਜਿਹੜਾ ਟੈਸਟ ਹੈਗਾ ਸੀਗਾ, ਇਹਦੇ ਵਿੱਚ ਬੇਟਾ 9 ਤੋਂ ਲੈ ਕੇ 12 ਤੱਕ ਸਵਾਲ ਆਉਂਦੇ ਆ। ਸਾਰੇ ਸਵਾਲ ਇਹੋ ਜਿਹੇ ਹੀ ਹੁੰਦੇ ਆ, ਠੀਕ ਹੈ? ਤਾਂ ਬੇਟਾ ਆਪਾਂ ਸਿਰਫ 4 ਸਵਾਲ ਹੀ ਆਉਣੇ ਆ ਇਸ ਪੈਟਰਨ ਦੇ ਵਿੱਚੋਂ। ਇਹ ਆਪਾਂ ਪਿਛਲੇ ਸਾਲਾਂ ਦੇ ਪੇਪਰਾਂ ਦੇ ਵਿੱਚੋਂ ਪੇਪਰ ਪਾਇਆ ਸੀ 117 ਨੰਬਰ। ਹੁਣ ਬੇਟਾ 15 ਤੱਕ ਸਵਾਲ ਕਰ ਲਏ ਆਪਾਂ, 16 ਨੰਬਰ ਸਵਾਲ ਦੇ ਉੱਤੇ ਆ ਗਏ। ਤਾਂ ਧਿਆਨ ਦੇ ਨਾਲ ਦੇਖੋ, ਇਹ 2020 'ਚ ਆਇਆ ਹੋਇਆ ਸਵਾਲ ਬੇਟਾ। ਆ ਇੱਕ ਪੈਟਰਨ ਦਿੱਤਾ ਹੋਇਆ, ਆਹ ਕੋਰਨਰ ਆ ਜਿਹੜਾ ਬੇਟਾ ਖਾਲੀ ਦਿੱਤਾ ਹੋਇਆ, ਕਹਿੰਦਾ ਵੀ ਇੱਥੇ ਕੀ ਆਊਗਾ। ਤਾਂ ਅਸੀਂ ਬੇਟਾ ਜਦੋਂ ਧਿਆਨ ਦੇ ਨਾਲ ਓਬਜ਼ਰਵ ਕਰਦੇ ਹਾਂ, ਇੱਥੇ ਬੇਟਾ ਚੱਕਰ ਪੂਰਾ ਹੋਊਗਾ, ਤੁਸੀਂ ਉੱਥੇ ਦੇ ਬਣਾ ਕੇ ਦੇਖ ਲਿਓ, ਅਤੇ ਥੱਲੇ ਅਰਧ ਗੋਲਾ ਹੋਊਗਾ। ਤਾਂ D1 ਕਿਰਤੀ ਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ, D1 ਕਿਰਤੀ ਇਸ ਪੈਟਰਨ ਨੂੰ ਫੁੱਲਫਿਲ ਕਰਦੀ ਪਈ ਹੈ। ਇਸ ਕਰਕੇ D1 ਨੂੰ ਅਸੀਂ ਇਹਦੇ ਰਾਈਟ ਆਂਸਰ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 17। ਤਾਂ ਸਵਾਲ ਨੰਬਰ 17 ਨੂੰ ਧਿਆਨ ਦੇ ਨਾਲ ਦੇਖੋ ਬੇਟਾ, ਆਹ ਕੋਰਨਰ 'ਤੇ ਕਿਹੜਾ ਆਊਗਾ, ਕਿਹੜੀ ਚਿੱਤਰ ਪੂਰਾ ਕਰੂਗਾ ਕੋਰਨਰ ਨੂੰ। ਇੱਥੋਂ ਆਹ ਗੋਲਾ ਬਣ ਜੂਗਾ, ਫਿਰ ਆਹ ਗ੍ਰੇ ਪੀਰ ਕਲਰ ਆ ਜੂਗਾ, ਫਿਰ ਆਹ ਜਿਹੜਾ ਬਲੈਕ ਕਲਰ ਦਾ ਇਸ ਤਰ੍ਹਾਂ ਕੋਰਨਰ ਪੂਰਾ ਹੋਊਗਾ। ਤਾਂ ਜਦੋਂ ਡੀ ਅਕੈਤੀ ਨੂੰ ਧਿਆਨ ਨਾਲ ਦੇਖਦੇ ਹਾਂ, ਜਦੋਂ ਬੇਟਾ ਇਹ ਚੱਕ ਕੇ ਇੱਥੇ ਰੱਖਾਂਗੇ, ਤਾਂ ਇਹ ਐਜ਼ ਇਟ ਇਜ਼ ਇਹਦੇ ਸਾਰੇ ਪੈਟਰਨ ਨੂੰ ਕੰਪਲੀਟ ਕਰ ਦੂਗੀ। ਇਸ ਕਰਕੇ ਬੇਟਾ D1 ਜਿਹੜਾ ਸਾਡਾ ਰਾਈਟ ਆਂਸਰ ਬਣਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 18। ਸਵਾਲ ਨੰਬਰ 18 ਦੇ ਵਿੱਚ ਧਿਆਨ ਨਾਲ ਦੇਖੋ, ਆ ਬੇਟਾ ਇੱਧਰ ਦੋ ਖਾਨਿਆਂ 'ਚ ਇੱਕ ਪੈਟਰਨ ਬਣਦਾ ਪਿਆ, ਠੀਕ ਹੈ? ਇੱਧਰਲੇ ਦੋ ਖਾਨਿਆਂ 'ਚ ਵੀ ਇਸ ਪੈਟਰਨ ਨੂੰ ਇਹ ਪੈਟਰਨ ਪੂਰਾ ਹੋਊਗਾ। ਤਾਂ ਇਸ ਅਕਿਰਤੀ ਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ, ਇਹ ਅਕਿਰਤੀ ਨੂੰ ਜਦੋਂ ਇਹਨੂੰ ਚੱਕ ਕੇ ਇੱਥੇ ਰੱਖਦੇ ਹਾਂ, ਤਾਂ ਸਾਰਾ ਪੈਟਰਨ ਕੰਪਲੀਟ ਹੋ ਜਾਂਦਾ, ਠੀਕ ਹੈ? ਇਹ ਬੇਟਾ ਤੁਸੀਂ ਧਿਆਨ ਨਾਲ ਓਬਜ਼ਰਵ ਕਰੋਗੇ ਤਾਂ ਤੁਹਾਨੂੰ ਪਤਾ ਚੱਲੀ ਚੱਲੂਗਾ ਨਾਲ ਦੀ ਨਾਲ, ਠੀਕ ਹੈ ਬੇਟਾ? ਅੱਗੇ ਆ ਗਏ ਬੇਟਾ ਸਵਾਲ ਨੰਬਰ 19 ਦੇ ਉੱਤੇ। ਸਵਾਲ ਨੰਬਰ 19 ਨੂੰ ਬੇਟਾ ਧਿਆਨ ਦੇ ਨਾਲ ਓਬਜ਼ਰਵ ਕਰੋ। ਤਾਂ ਬੇਟਾ ਆ ਇੱਕ ਵਰਗ ਦੇ ਵਿੱਚ ਇੱਕ ਹੋਰ ਵਰਗ ਬਣਿਆ, ਉਹਦੇ ਵਿੱਚ ਤੀਰ ਬਣੇ ਹੋਏ ਆ, ਤਾਂ ਵਿਚਾਲੇ ਕ੍ਰੋਸ ਦਾ ਸਾਈਨ ਆ, ਆ ਤੀਰ ਸਾਰੇ ਅੰਦਰ ਨੂੰ ਜਾਂਦੇ ਪਏ ਆ, ਠੀਕ ਹੈ ਬੇਟਾ? ਤਾਂ ਜਦੋਂ ਅਸੀਂ ਧਿਆਨ ਨਾਲ ਓਬਜ਼ਰਵ ਕਰਦੇ ਹਾਂ ਬੇਟਾ, ਤਾਂ ਇਹਦੇ ਵਿੱਚ 19 ਦੇ ਵਿੱਚ ਡੀ ਪੈਟਰਨ ਹੈ ਜਿਹੜਾ, ਜਦੋਂ ਇਹਨੂੰ ਇੱਥੇ ਫਿੱਟ ਕਰਾਂਗੇ ਤਾਂ ਇਹਨੂੰ ਪੂਰਾ ਪੂਰਾ ਫਿੱਲ ਕਰਦਾ ਪਿਆ। ਇਸ ਕਰਕੇ D1 ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ, ਠੀਕ ਹੈ ਬੇਟਾ? ਉਦੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸਵਾਲ ਨੰਬਰ 20। ਸਵਾਲ ਨੰਬਰ 20 ਨੂੰ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ, ਤਾਂ ਆ ਬੇਟਾ ਹੇਠਲੇ ਪਾਸੇ ਲਾਈਨਾਂ ਵਾਲਾ ਪੋਰਸ਼ਨ ਆਊਗਾ, ਉੱਪਰਲੇ ਪਾਸੇ ਗੁਲਾਈ 'ਚ ਬਲੈਕ ਜਿਹਾ ਪੋਰਸ਼ਨ ਆਊਗਾ। ਤਾਂ C1 ਕਿਰਤੀ ਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ, ਤਾਂ ਬਿਲਕੁਲ ਇਸ ਪੈਟਰਨ ਨੂੰ ਕੰਪਲੀਟ ਕਰਦੀ ਪਈ ਹੈ। ਇਸ ਕਰਕੇ C1 ਕਿਰਤੀ ਨੂੰ ਅਸੀਂ ਇਹਦੇ ਰਾਈਟ ਆਂਸਰ ਟਿਕ ਕਰ ਦੇਵਾਂਗੇ, ਠੀਕ ਹੈ ਬੇਟਾ? ਅੱਗੇ ਆ ਗਿਆ ਬੇਟਾ ਸਵਾਲ ਨੰਬਰ 21। ਸਵਾਲ ਨੰਬਰ 21 ਵੀ ਬੇਟਾ ਉਸੇ ਤਰ੍ਹਾਂ ਹੀ ਆ ਪੈਟਰਨ ਕੰਪਲੀਟ ਕਰਨਾ। ਜੇ ਤੁਹਾਨੂੰ ਭੁਲੇਖਾ ਲੱਗੇ ਤਾਂ ਇਹਨੂੰ ਪੈਨਸਲ ਦੇ ਨਾਲ ਬੇਟਾ ਆਪਣੇ ਪੇਪਰ ਦੇ ਉੱਤੇ ਬਣਾ ਕੇ ਦੇਖ ਲਿਓ ਪੈਟਰਨ ਨੂੰ, ਠੀਕ ਹੈ? ਤਾਂ ਜਦੋਂ ਅਸੀਂ ਆ C1 ਕਿਰਤੀ ਨੂੰ ਧਿਆਨ ਨਾਲ ਦੇਖਦੇ ਹਾਂ ਬੇਟਾ, ਇਸ ਸਾਰੇ ਪੈਟਰਨ ਨੂੰ ਕੰਪਲੀਟ ਕਰਦੀ ਪਈ ਹੈ C1 ਕਿਰਤੀ, ਤਾਂ ਅਸੀਂ C1 ਨੂੰ ਇਹਦੇ ਰਾਈਟ ਆਂਸਰ ਟਿਕ ਕਰ ਦੇਵਾਂਗੇ, ਠੀਕ ਹੈ ਬੇਟਾ? ਉਦੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸਵਾਲ ਨੰਬਰ 22। ਸਵਾਲ ਨੰਬਰ 22 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ, ਤਾਂ ਆਹ ਚੀਜ਼ ਹੈ ਜਿਹੜੀ, ਆਹ ਜਿਹੜੀ ਟ੍ਰਾਇੰਗਲ ਕੋਰਨਰ 'ਤੇ ਵੀ ਆਊਗੀ, ਠੀਕ ਹੈ? ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਤਾਂ A1 ਕਿਰਤੀ ਨੂੰ ਧਿਆਨ ਨਾਲ ਦੇਖੋ ਬੇਟਾ, A1 ਕਿਰਤੀ ਹੀ ਇਸ ਪੈਟਰਨ ਨੂੰ ਪੂਰਾ ਕਰਦੀ ਪਈ, ਹੋਰ ਕੋਈ ਅਕਿਰਤੀ ਇਸ ਪੈਟਰਨ ਨੂੰ ਪੂਰਾ ਨਹੀਂ ਕਰਦੀ ਪਈ। ਇਸ ਕਰਕੇ A1 ਕਿਰਤੀ ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਇਹ ਬੇਟਾ ਤੁਹਾਡੀ ਓਬਜ਼ਰਵੇਸ਼ਨ, ਜਿਵੇਂ ਜਿਵੇਂ ਅਭਿਆਸ ਕਰੋਗੇ, 2018 'ਚ ਇਹ ਸਵਾਲ ਆਇਆ ਹੋਇਆ,
ਤਾਂ ਉਵੇਂ ਉਵੇਂ ਤੁਸੀਂ ਪਰਪੱਕ ਹੁੰਦੇ ਜਾਓਗੇ। ਅਭਿਆਸ ਬਹੁਤ ਜ਼ਰੂਰੀ ਹੈਗਾ ਆ ਬੇਟਾ। ਤਾਂ ਹੁਣ ਤਾਂ ਬੇਟਾ ਤੁਹਾਨੂੰ ਸੌਖਾ, ਜਸਟ ਵੀਡੀਓ ਇੱਕ ਵਾਰੀ ਦੇਖ ਲਿਆ ਤਾਂ ਸਮਝੋ ਅਭਿਆਸ ਹੋ ਗਿਆ ਤੁਹਾਡਾ, ਠੀਕ ਹੈ। ਆਹ ਸਵਾਲ ਨੰਬਰ 23 ਹੈ ਬੇਟਾ, ਧਿਆਨ ਦੇ ਨਾਲ ਦੇਖੋ। ਤਾਂ ਜਦੋਂ 23 ਨੰਬਰ ਸਵਾਲ ਦੇ ਵਿੱਚ ਅਸੀਂ ਦੇਖਦੇ ਪਏ ਹਾਂ ਬੇਟਾ, ਇੱਥੇ ਆਹ ਬੰਦ ਹੋ ਜੂਗਾ, ਆਹ ਬਾਕਸ ਜਿਹਾ ਬੰਦ ਹੋਊਗਾ, ਬਾਹਰਲੇ ਪਾਸੇ ਇਹਦੇ ਜ਼ੀਰੋ ਹੋਊਗੀ। ਤਾਂ ਬੇਟਾ ਡੀ 31 ਨੂੰ ਅਸੀਂ ਜਦੋਂ ਧਿਆਨ ਦੇ ਨਾਲ ਦੇਖਦੇ ਪਏ ਹਾਂ ਤਾਂ ਡੀ 31 ਪੂਰੀ ਤਰ੍ਹਾਂ ਨਾਲ ਇਸ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ। ਤਾਂ ਡੀ ਹੀ ਸਾਡਾ ਰਾਈਟ ਆਂਸਰ ਹੈ, ਡੀ ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ, ਠੀਕ ਹੈ ਬੇਟਾ। ਉਦੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸਵਾਲ ਨੰਬਰ 24। ਸਵਾਲ ਨੰਬਰ 24 ਨੂੰ ਧਿਆਨ ਦੇ ਨਾਲ ਦੇਖੋ। ਸਵਾਲ ਨੰਬਰ 24 ਦੇ ਵਿੱਚ ਬੇਟਾ ਇੱਕ ਵਿਸ਼ੇਸ਼ ਪੈਟਰਨ ਬਣਦਾ ਪਿਆ। ਇਹ ਬੇਟਾ ਜੇ ਤੁਹਾਨੂੰ ਭੁਲੇਖਾ ਲੱਗੇ ਤਾਂ ਪੈਨਸਲ ਦੇ ਨਾਲ ਤੁਸੀਂ ਆਪ ਪੈਟਰਨ ਬਣਾ ਕੇ ਦੇਖ ਲੈਣਾ ਬੇਟਾ। ਡੀ 131 ਜਦੋਂ ਇੱਥੇ ਆਊਗੀ ਤਾਂ ਆਹ ਸਾਰਾ ਪੈਟਰਨ ਜਿਹੜਾ ਕੰਪਲੀਟ ਕਰ ਦਊਗੀ। ਆਹ ਜਿਹੜਾ ਬਲੈਕ ਵਾਲਾ ਪੋਰਸ਼ਨ ਇਹਦੇ ਨਾਲ ਜੁੜ ਜੂਗਾ, ਠੀਕ ਹੈ। ਤਾਂ ਇੱਕ ਤਰ੍ਹਾਂ ਦੀ ਵਰਗਾਕਾਰ ਸ਼ੇਪ ਜੀ ਲੈ ਲੂਗਾ ਇਹ। ਤਾਂ ਇਹ ਬੇਟਾ ਬਣ ਗਿਆ ਤੁਹਾਡੇ ਕੋਲ ਡੀ 31 ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 25। ਤਾਂ ਸਵਾਲ ਨੰਬਰ 25 ਵੀ ਬੇਟਾ ਆਪਣੇ ਆਪ 'ਚ ਹੀ ਕਲੀਅਰ ਹੁੰਦਾ ਪਿਆ। ਇਹਦੇ ਸਾਹਮਣੇ ਆਹ ਕਿਰਤੀ, ਇਹਦੇ ਬਿਲਕੁਲ ਸਾਹਮਣੇ ਮਿਰਰ ਵਰਗੀ ਹੈ ਕਿਰਤੀ, ਇੱਧਰਲੇ ਪਾਸੇ ਹੋਊਗੀ, ਆਹ ਕਿਰਤੀ ਹੈ ਜਿਹੜੀ ਬਣ ਜਾਊਗੀ ਡੀ 31। ਤਾਂ 25 ਨੰਬਰ ਦਾ ਡੀ 131 ਨੂੰ ਜੇ ਇੱਥੇ ਚੁੱਕ ਕੇ ਰੱਖਾਂਗੇ ਪੈਟਰਨ ਕੰਪਲੀਟ ਹੋ ਜਾਂਦਾ, ਡੀ 1 ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 26। ਸਵਾਲ ਨੰਬਰ 26 ਵੀ ਬੇਟਾ ਸਿੰਪਲ ਆ, ਵੀ ਇੱਥੋਂ ਆ ਚੱਕਰ ਪੂਰਾ ਹੋਊਗਾ, ਸੈਂਟਰ ਦੇ ਵਿੱਚ ਇੱਕ ਡੰਡੀ ਲੱਗੀ ਹੋਊਗੀ। ਤਾਂ ਬੇਟਾ ਆ ਡੀ 1 ਕਿਰਤੀ ਹੈ ਜਿਹੜੀ 26 ਦਾ ਉੱਤਰ ਬਣਦੀ ਪਈ ਹੈ। ਇਹ 2017 'ਚ ਆਇਆ ਹੋਇਆ ਸਵਾਲ ਹੈ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 27। ਸਵਾਲ ਨੰਬਰ 27 ਵੀ ਬੇਟਾ ਬਹੁਤ ਸਿੰਪਲ ਹੈ, ਜਦੋਂ ਆਪਾਂ ਦੇਖਦੇ ਹਾਂ ਸਾਰ ਪਹਿਲੀ ਨਜ਼ਰ 'ਚ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਇਹਦਾ ਉੱਤਰ ਹੈ ਜਿਹੜਾ ਬੀ ਬਣਦਾ। ਜੇ ਇੱਥੇ ਚੱਕ ਕੇ ਰੱਖ ਦੇਵਾਂਗੇ ਕਿਰਤੀ ਤਾਂ ਇਹਨੂੰ ਪੂਰੀ ਤਰ੍ਹਾਂ ਨਾਲ ਫੁੱਲਫਿਲ ਕਰ ਦਊਗੀ, ਤਾਂ ਬੀ 31 ਨੂੰ ਅਸੀਂ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 28। ਸਵਾਲ ਨੰਬਰ 28 ਦੇ ਵਿੱਚ ਜਦੋਂ ਅਸੀਂ ਬੇਟਾ ਧਿਆਨ ਨਾਲ ਦੇਖਦੇ ਹਾਂ ਤਾਂ ਇੱਕ ਇੱਥੇ ਵੀ ਵਰਗਾਕਾਰ ਕਿਰਤੀ ਜੀ ਬਣੂਗੀ ਛੋਟੇ ਵਰਗ ਦੀ, ਅਤੇ ਉੱਪਰਲੇ ਪਾਸੇ ਵੀ ਤਾਂ ਹੀ ਪੈਟਰਨ ਕੰਪਲੀਟ ਹੋਊਗਾ। ਤਾਂ ਸੀ 1 ਕਿਰਤੀ ਹੈ ਜਿਹੜੀ ਇਸ ਪੈਟਰਨ ਨੂੰ ਕੰਪਲੀਟ ਕਰਦੀ ਪਈ ਹੈ, ਇਸ ਕਰਕੇ ਸੀ 1 ਕਿਰਤੀ ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿੱਕ ਕਰ ਦੇਵਾਂਗੇ, ਠੀਕ ਹੈ ਬੇਟਾ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 29। ਸਵਾਲ ਨੰਬਰ 29 ਨੂੰ ਧਿਆਨ ਦੇ ਨਾਲ ਦੇਖੋ ਬੇਟਾ। ਤਾਂ ਆਹ ਬੇਟਾ ਆਹ ਲਾਈਨ ਇੱਥੋਂ ਇੱਥੇ ਆਊਗੀ, ਠੀਕ ਹੈ ਬੇਟਾ। ਆਹ ਕਿਰਤੀ ਹੈ ਜਿਹੜੀ ਪੈਟਰਨ ਨੂੰ ਕੰਪਲੀਟ ਕਰੂਗੀ। ਆ ਲਾਈਨ ਬੇਟਾ ਪੈਨਾ ਖਿੱਚ ਕੇ ਦੇਖ ਲੈਣੀ ਹੈ। ਤਾਂ ਬੇਟਾ ਸੀ 1 ਕਿਰਤੀ ਨੂੰ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਤਾਂ ਸੀ 1 ਕਿਰਤੀ ਸਾਰੇ ਪੈਟਰਨ ਨੂੰ ਫੁੱਲਫਿਲ ਕਰਦੀ ਪਈ ਹੈ, ਇਸ ਕਰਕੇ ਸੀ 1 ਕਿਰਤੀ ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 30। ਸਵਾਲ ਨੰਬਰ 30 ਨੂੰ ਧਿਆਨ ਦੇ ਨਾਲ ਦੇਖੋ ਬੇਟਾ। ਤਾਂ ਸਵਾਲ ਨੰਬਰ 30 ਦੇ ਵਿੱਚ ਬੇਟਾ ਕੀ ਕਹਿੰਦਾ ਪਿਆ, ਆਹ ਦੇਖੋ ਇੱਥੇ ਆਹ ਟ੍ਰੈਂਗਲ ਵੀ ਪੂਰੀ ਹੋਊਗੀ, ਵਿੱਚ ਆਹ ਡੰਡੀ ਵੀ ਪੂਰੀ ਹੋਊਗੀ, ਉਹਦੇ ਬਾਹਰਲੇ ਪਾਸੇ ਬੇਟਾ ਆਹ ਜਿਹੜੀਆਂ ਲਾਈਨਾਂ ਵੀ ਆਹ ਲਾਈਨ ਵੀ ਕੰਪਲੀਟ ਹੋਊਗੀ, ਠੀਕ ਹੈ ਬੇਟਾ। ਤਾਂ ਜਦੋਂ ਇਹ ਕਿਰਤੀ ਨੂੰ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ, ਇਹਨੂੰ ਜਦੋਂ ਚੱਕ ਕੇ ਇੱਥੇ ਰੱਖਾਂਗੇ ਤਾਂ ਇਹਨੂੰ ਪੂਰਾ ਪੂਰਾ ਫਿੱਟ ਆਊਗੀ, ਸਾਰਾ ਪੈਟਰਨ ਕੰਪਲੀਟ ਹੋ ਜੂਗਾ। ਇਸ ਕਰਕੇ ਬੇਟਾ ਏ 1 ਕਿਰਤੀ ਹੈ ਜਿਹੜਾ ਇਹਦਾ ਰਾਈਟ ਆਂਸਰ ਬਣਦੀ ਪਈ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ। ਸੋ ਬੇਟਾ ਇਹ ਸੀ ਸਵਾਲ, ਜਿਹੜਾ ਟੈਸਟ ਸੀ 117 ਨੰਬਰ ਟੈਸਟ ਦਾ, 30 ਨੰਬਰ ਸਵਾਲ ਆਖਰੀ ਸਵਾਲ ਸੀਗਾ। ਅਤੇ ਸੋ ਬੇਟਾ ਇਹਦੇ ਨਾਲ ਹੀ ਇਹ
ਟੈਸਟ ਆ ਜਿਹੜਾ ਕੰਪਲੀਟ ਹੋ ਗਿਆ। ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।